ਬਟਾਲਾ ਵਿਖੇ ਸਹਾਰਾ ਕਲੱਬ ਦੁਆਰਾ ਪੈਨਸ਼ਨ ਗਰਮ ਕੰਬਲ ਵੰਡੇ ਗਏ ਅਤੇ ਨਾਲ ਹੀ ਦੰਦਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ। ਬੇਸਹਾਰਾ ਲੋਕਾਂ ਦਾ ਇੱਕੋ ਇੱਕ ਸਹਾਰਾ ਸਹਾਰਾ ਕਲੱਬ ਬਟਾਲਾ ਵੱਲੋਂ, ਜਿਸ ਨੂੰ ਬਹੁਤ ਹੀ ਦੇਰ ਤੋਂ ਚਲਾ ਰਹੇ ਮਾਣਯੋਗ ਪ੍ਰਧਾਨ ਸ਼੍ਰੀ ਜਤਿੰਦਰ ਕਦੋ ਜੀ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਕਲੱਬ ਨਾਲ ਜੁੜਨ ਵਾਲੇ ਹਰ ਵਿਅਕਤੀ ਨੂੰ ਬਰਾਬਰ ਸਨਮਾਨ ਦਿੱਤਾ ਜਾਂਦਾ ਹੈ। ਇਸ ਕਲੱਬ ਦੁਆਰਾ ਉਹ ਗਰੀਬ, ਬੇਸਹਾਰਾ, ਅੰਗਹੀਣ ਅਤੇ ਵਿਧਵਾ, ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਅਤੇ ਸਰਕਾਰ ਦੀਆਂ ਸਹੂਲਤਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ, ਉਹ ਸਭ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ। ਕਲੱਬ ਵੱਲੋਂ ਹਰ ਮਹੀਨੇ ਗਰੀਬ ਅਤੇ ਵਿਧਵਾ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਗਰੀਬ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ, ਰਾਸ਼ਨ ਕਾਰਡ ਵੰਡਿਆ ਜਾਂਦਾ ਹੈ ਅਤੇ ਅਜਿਹੇ ਹੀ ਹੋਰ ਕਈ ਉਪਰਾਲੇ ਇਸ ਕਲੱਬ ਦੁਆਰਾ ਕੀਤੇ ਜਾਂਦੇ ਹਨ ਜੋ ਗਰੀਬ ਲੋਕਾਂ ਦਾ ਭਲਾ ਕਰਦੇ ਹਨ। ਅਜਿਹਾ ਹੀ ਬਟਾਲਾ ਦੀ ਪੁਰਾਣੀ ਕਚਹਿਰੀ ਵਿਖੇ ਸਹਾਰਾ ਕਲੱਬ ਦੇ ਪ੍ਰਧਾਨ ਵੱਲੋਂ ਇਹ ਉਪਰਾਲਾ ਕੀਤਾ ਗਿਆ, ਜਿਸ ਵਿੱਚ ਸਵਾਮੀ ਮੈਡੀਕਲ ਸਟੋਰ ਦੇ ਮਾਲਕ ਸ਼੍ਰੀ ਅਸ਼ੋਕ ਜੀ ਮੁੱਖ ਮਹਿਮਾਨ ਵਜੋਂ ਵਿਰਾਜੇ ਗਏ। ਅੱਜ ਇੱਥੇ 60 ਗਰੀਬ ਪਰਿਵਾਰਾਂ ਨੂੰ ਪੈਨਸ਼ਨ ਅਤੇ ਸਰਦੀ ਤੋਂ ਬਚਣ ਲਈ ਗਰਮ ਕੰਬਲ ਵੀ ਵੰਡੇ ਗਏ ਅਤੇ ਉਹਨਾਂ ਦੇ ਲਈ ਦੰਦਾਂ ਦਾ ਕੈਂਪ ਵੀ ਲਗਾਇਆ ਗਿਆ। ਸਾਡੇ ਗਰੁੱਪ ਦਾ ਨਾਮ ਹੈ ਸਮਾਈਲ ਕੇਅਰ ਗਰੁੱਪ। ਐਂਡ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗੀ ਸਹਾਰਾ ਕਲੱਬ ਦਾ, ਜਿਨ੍ਹਾਂ ਨੇ ਸਾਡਾ ਇਹ ਆਰਗੇਨਾਈਜ਼ ਕਰਵਾਇਆ ਕੈਂਪ। ਐਂਡ ਉਹਨਾਂ ਦੀ ਬਦੌਲਤ ਤੇ ਅੱਜ ਅਸੀਂ ਇੱਥੇ ਖੜੇ ਹਾਂ। ਅੱਜ ਅਸੀਂ ਜੇ ਦਵਾਈਆਂ ਵਗੈਰਾ ਡਿਸਟ੍ਰੀਬਿਊਟ ਕੀਤੀਆਂ ਫ੍ਰੀ ਆਫ ਕੋਸਟ, ਅਸੀਂ ਡਾਇਗਨੋਸਟਿਕ ਕੈਂਪ ਆਰਗੇਨਾਈਜ਼ ਕਰਵਾਇਆ ਜਸਟ ਥਰੂ ਇਹਨਾਂ ਦੇ ਵਰਸ਼ਾ ਰਾਣੀ, ਉਹਨਾਂ ਦਾ ਬਹੁਤ ਬਹੁਤ ਵੱਡਾ ਹੱਥ ਸੀਗਾ। ਐਂਡ ਮੋਸਟਲੀ ਜ਼ਿਆਦਾ ਉਹਨਾਂ ਦਾ ਜਤਿੰਦਰ ਕਦ ਸਰ ਦਾ ਬਹੁਤ ਬਹੁਤ ਹੱਥ ਸੀਗਾ। ਅਤੇ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਇਸ ਮੁਕਾਮ ਤੱਕ ਜੇ ਸਾਨੂੰ ਉੱਥੇ ਆ ਕੇ ਆਰਗੇਨਾਈਜ਼ ਕਰਵਾਇਆ, ਅਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਤੇ ਬਾਕੀ ਮੈਂ ਆਪਣੇ ਦੰਦਾਂ ਦੇ ਬਾਰੇ ਕੁਛ ਵਿਚਾਰ ਪੇਸ਼ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਦੰਦਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਦੰਦ ਇੱਕ ਬਹੁਤ ਹੀ ਅਨਮੋਲ ਇੱਕ ਚੀਜ਼ ਹੈ ਜਿਹੜੀ ਰੱਬ ਨੇ ਸਾਨੂੰ ਦਿੱਤੀ ਹੋਈ ਹੈ, ਅਤੇ ਸਾਨੂੰ ਵੱਧ ਤੋਂ ਵੱਧ ਕੇਅਰ ਕਰਕੇ ਉਹਨਾਂ ਨੂੰ ਬਚਾਉਣਾ ਚਾਹੀਦਾ ਵਾ। ਸਾਨੂੰ ਦਿਨ ਵਿੱਚ 2 ਵਾਰ ਬ੍ਰਸ਼ ਜ਼ਰੂਰ ਕਰਨਾ ਚਾਹੀਦਾ ਵਾ, ਇੱਕ ਸਵੇਰੇ ਇੱਕ ਰਾਤ ਨੂੰ। ਸਵੇਰੇ ਖਾਣਾ ਖਾਣ ਤੋਂ ਬਾਅਦ ਚੋਂ ਅਤੇ ਰਾਤ ਨੂੰ ਵੀ ਖਾਣਾ ਖਾਣ ਦੇ ਬਾਅਦ ਚੋਂ ਹੀ ਕਰਨਾ ਚਾਹੀਦਾ ਬ੍ਰਸ਼। ਅਤੇ ਜਿੰਨਾ ਹੋ ਸਕੇ ਆਪਣੇ ਦੰਦ ਦੀ ਬਚਾਅ ਕਰਨਾ ਚਾਹੀਦਾ, ਆਪਣੇ ਬਚਾਉਣੇ ਚਾਹੀਦੇ ਆ ਦੰਦ, ਕਿਉਂਕਿ ਜਿੰਨਾ ਵੀ ਹੋ ਸਕਦਾ ਵਾ ਅਸੀਂ ਜਿੰਨੀ ਵੱਧ ਤੋਂ ਵੱਧ ਕੇਅਰ ਕਰਾਂਗੇ ਉਹ ਓਨਾ ਹੀ ਸਾਨੂੰ ਵਧੀਆ ਸਾਡੇ ਫਾਇਦੇ ਵਾਸਤੇ ਹੋਣਗੇ। ਬਸ ਮੈਂ ਇਹੀ ਸਭ ਐਂਡ ਵਿੱਚ ਇਹੀ ਮੈਂ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ। ਸਹਾਰਾ ਕਲੱਬ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਐਂਡ ਬਹੁਤ ਵਧੀਆ ਸਾਨੂੰ ਸਨਮਾਨਿਤ ਕੀਤਾ, ਐਂਡ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੀ ਟੀਮ ਦਾ, ਸਹਾਰਾ ਗਰੁੱਪ ਦਾ। ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਆਪਣਾ ਜਿਹੜਾ ਸਵਰਗ ਧਾਮ ਹੈ ਉਹ ਥੋੜ੍ਹੇ ਸਮੇਂ ਵਾਸਤੇ ਸਾਡੇ ਸਹਾਰਾ ਕਲੱਬ 'ਚ ਲੈਂਦਾ ਹੈ। ਵਾਕਿਆਂ ਹੀ ਇਹ ਸਵਰਗ ਦਾ ਇੱਕ ਰੂਪ ਬਣਿਆ ਗਿਆ ਹੈ, ਕਿਉਂਕਿ ਜਦੋਂ ਮਹਾਨ ਚੰਗੀਆਂ ਸ਼ਖਸੀਅਤਾਂ ਦਿਆਵਾਨ ਜਿਨ੍ਹਾਂ ਦੇ ਮਨਾਂ 'ਚ ਭਾਵਨਾ ਹੁੰਦੀ ਹੈ, ਦਾਨ ਦੀ ਭਾਵਨਾ ਹੁੰਦੀ ਹੈ, ਦਇਆ ਦੀ ਭਾਵਨਾ ਹੁੰਦੀ ਹੈ, ਪਿਆਰ ਦੀ ਹੁੰਦੀ ਹੈ ਅਤੇ ਕਿਸੇ 'ਤੇ ਤਰਸ ਦੀ ਹੁੰਦੀ ਹੈ। ਅੱਜ ਦੇ ਸਹਾਰਾ ਕਲੱਬ ਦੇ ਜਿਹੜਾ ਮਹੀਨੇਵਾਰ ਮਹਾਂਜਗ ਜਿਹੜਾ ਹੈ ਉਹ ਆਪਣੇ ਜਿੰਨੇ ਵੀ ਸਾਰੇ ਬੈਠੇ ਨੇ ਉਹਨਾਂ ਦੇ ਸੰਯੋਗ ਨਾਲ ਲਗਾਇਆ ਜਾ ਰਿਹਾ ਹੈ। ਕੋਈ ਆਪਣੀ ਜਿਹੜੀ ਨੇਕ ਕਮਾਈ 'ਚੋਂ ਹਰ ਵਿਅਕਤੀ
ਕੋਈ ਨਾ ਕੋਈ ਹਿੱਸਾ ਪਾਉਂਦਾ ਕਿ ਇਸ ਜਗ ਦੇ ਵਿੱਚ ਮੈਂ ਅਹੁਦੇ ਦੇ ਤੌਰ 'ਤੇ ਕੁਛ ਨਾ ਕੁਛ ਗਰੀਬਾਂ ਵਾਸਤੇ, ਜਿਨ੍ਹਾਂ ਦੇ ਘਰਾਂ 'ਚ ਸਰਦੀਆਂ ਦੇ ਮੌਸਮ ਚੁੱਲ੍ਹਾ ਨਹੀਂ ਹੈ, ਗੈਸ ਨਹੀਂ ਹੈ, ਲੋਕਾਂ ਦੇ ਘਰਾਂ 'ਚੋਂ ਮੰਗ ਕੇ ਵੀ ਖਾਂਦੇ ਨੇ। ਬਟਾਲੇ ਤੋਂ ਰਿਪੋਰਟ, ਜਤਿੰਦਰ ਕੁੰਡਲ, ਪੰਜਾਬ ਦਰਪਣ।